आम आदमी पार्टी के पंजाब विधानसभा में विपक्ष के नेता हरपाल सिंह चीमा ने सुखपाल सिंह खेरा को विधायक सदस्य रद्द करवाने की बात कही है चीमा आज पंजाब के जलंधर पहुंचे थे जहां उन्होंने ये बयान दिया चीमा ने कल ही आम आदमी पार्टी से इस्तीफा देने वाले बलदेव सिंह को सुखपाल सिंह खैरा द्वारा गुमराह करने का भी आरोप लगाया है वहीं डीजीपी सुरेश अरोड़ा का कार्यकाल बढ़ाने को लेकर उन्होंने पंजाब के मुख्यमंत्री कैप्टन अमरिंदर सिंह भाजपा और शिरोमणि अकाली दल पर निशाना ਸਾਦਾ ਹੈ ਕੀ ਤਰੀਕ ਨੂੰ ਪ੍ਰਣਾਲੇ ਵਿੱਚ ਰੈਲੀ ਹੋ ਰਹੀ ਆ ਉਹਦੇ ਲਈ ਮੋਟੀਵੇਸ਼ਨ ਜਿਹੜੇ ਸਾਡੇ ਵਰਕਰ ਨੂੰ ਮੋਟੀਵੇਸ਼ਨ ਕੀਤੀ ਜਾਵੇ ਸੋ ਅਸੀਂ ਦੋ ਮੀਟਿੰਗਾਂ ਕਰਕੇ ਆ ਇੱਕ 플ੋਰ ਜਿਹੜੀ ਹੈਗੀ ਸੀ ਜੁਆਇਨਿੰਗ ਸੀ ਪ੍ਰੇਮ ਕੁਮਾਰ ਜੀ ਪ੍ਰਿੰਸੀਪਲ ਰਿਟਾਇਰ 플ੋਰ ਦੇ ਉਹਨਾਂ ਨੇ ਜਦ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੂੰ ਜੁਆਇਨ ਕਰਾਉਣ ਲਈ ਆਏ ਸੀ ਦੂਸਰਾ ਇਹ ਸੀਗਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਆ ਉਹ ਨਸ਼ਿਆਂ ਨੂੰ ਲੈ ਕੇ ਆ ਇੱਕ ਵਾਰ ਫੇਰ 22 ਮਹੀਨਿਆਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ 4 ਹਫ਼ਤਿਆਂ ਚ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਸੀ 22 ਮਹੀਨਿਆਂ ਬਾਅਦ ਉਹਨਾਂ ਦੇ ਐਮਐਲਏ ਸਹਿਬਾਨ ਉਹਨਾਂ ਦੇ ਜਿਹੜੇ ਵਿਅਕਤੀ ਨੇ ਕਾਂਗਰਸ ਪਾਰਟੀ ਦੀ ਉਹ ਸ਼ਰੀਆਮ ਕਹਿਣ ਲੱਗੇ ਨੇ ਕਿ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਨਸ਼ਾ ਵਿਕ ਰਿਹਾ ਹੈਗਾ ਉਸੇ ਤਰ੍ਹਾਂ ਨਸ਼ਾ ਜਿਹੜਾ ਹੈਗਾ ਜਾਰੀ ਆ ਮੈਂ ਸਮਝਦਾ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌ ਝੂਠੀ ਖਾਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕੀਤੀ ਆ ਕਿਉਂਕਿ ਗੁਟਕਾ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਨੇਗੇ ਉਹਨਾਂ ਦੀ ਬੇਅਦਬੀ ਜਿਹੜੀ ਹੈਗੀ ਆ ਕੈਪਟਨ ਸਾਹਿਬ ਦੋਸ਼ੀ ਨੇ ਉਹਨਾਂ ਦੇ ਖਿ ਪੰਜਾਬ ਦੇ ਵਿੱਚ ਲਗਭਗ 22 ਮਹੀਨੇ ਬੀਤ ਚੁੱਕੇ ਨੇ ਹਾਲੇ ਤੱਕ ਪੰਜਾਬ ਦਾ ਜਿਹੜਾ ਐਸਟੀਐਫ ਦਾ ਮੁਖੀ ਆ ਮੁਸਤਫਾ ਸਾਹਿਬ ਉਹ ਕਹਿ ਰਹੇ ਨੇ ਕਿ ਨੈਕਸਸ ਜਿਹੜਾ ਹਾਲੇ ਵੀ ਬਣਿਆ ਹੋਇਆ ਨੈਕਸਸ ਹਾਲੇ ਤੱਕ ਨਹੀਂ ਟੁੱਟਿਆ ਮੈਂ ਸਮਝਦਾ ਕਿਪਟਨ ਸਾਹਿਬ ਪੰਜਾਬ ਵਿੱਚੋਂ ਬੁਰੀ ਤਰ੍ਹਾਂ ਫੇਲ ਹੋਏ ਨੇਗੇ ਔਰ ਜਿਹੜੇ ਨਸ਼ੇ ਨੇ ਉਸੇ ਤਰ੍ਹਾਂ ਪੰਜਾਬ ਵਿੱਚ ਜਾਰੀ ਨੇਗੇ ਉਸੇ ਤਰ੍ਹਾਂ ਜਿਹੜੇ ਲਗਾਤਾਰ ਨਸ਼ੇ ਵਿਕ ਰਹੇ ਨੇ ਬਿਲਕੁਲ ਕੋਈ ਨਸ਼ਿਆਂ ਦੀ ਪੰਜਾਬ ਵਿੱਚ ਚੇਨ ਨਹੀਂ ਟੁੱਟੀ ਹੈਗੀ ਜੀਰਾ ਸਾਹਿਬ ਦਾ ਸ਼ਰਿਆ ਮੈਂ ਗੱਲ ਕਹਿਣਾ ਕਿ ਮਖਵਿੰਦਰ ਸਿੰਘ ਛੀਨਾ ਆਈਜੀ ਸਾਹਿਬ ਉਸ ਗੈਂਗ ਸ਼ਾਮਲ ਜਿਹੜੇ ਨਸ਼ੇ ਵੇਚ ਰਹੇ ਨੇ ਮੈਂ ਕਹਿੰਦਾ ਪੰਜਾਬ ਸਰਕਾਰ ਤੇ ਬਹੁਤ ਵੱਡੀ ਚੁਣੌਤੀ ਆ ਪੰਜਾਬ ਸਰਕਾਰ ਨੂੰ ਜੇਕਰ ਜੀਦਾ ਸਾਹਿਬ ਨੂੰ ਕੋਈ ਉਹਨਾਂ ਨੂੰ ਸਸਪੈਂਡ ਕੀਤਾ ਬਹੁਤ ਮਾੜੀ ਗੱਲ ਆ ਕਿਉਂਕਿ ਉਹਦੀ ਵਿਚਾਰ ਸੁਣ ਕੇ ਐਸਟੀਐਫ ਜਿਹੜੀ ਹੈਗੀ ਆ ਉਹ ਤੇ ਕਾਰਵਾਈ ਕਰਦੀ ਜਿਹੜੇ ਵੀ ਦੋਸ਼ੀ ਨੂੰ ਤੁਰੰਤ ਫੜਿਆ ਜਾਂਦਾ ਮੈਂ ਦੇਖਿਆ ਸਾਡੇ ਹਲਕਿਆਂ ਦੇ ਵਿੱਚ ਵੀ ਬਹੁਤ ਸਾਰੇ ਤੁਹਾਡੇ ਹਲਕਿਆਂ ਚ ਵੀ ਹੋਣਾਗਾ ਇਹਦੇ ਸ਼ਰਾਬ ਦੇ ਵੱਡੇ ਸਮਗਲਰ ਨੇ ਜਾਂ ਵੱਡੇ ਜਿਹੜੇ ਸਮਗਲਰ ਨੇ ਗਏ ਚਾਏ ਉਹ ਸਮੈਕ ਭੁੱਕੀ ਆ ਹੋਰ ਜਿੰਨੇ ਵੀ ਤਮਾਮ ਨਸ਼ੇ ਨੇਗੇ ਉਹਨਾਂ ਦੇ ਵੱਡੇ ਸਮਗਲਰ ਨੇ ਹਲੇ ਤੱਕ ਕੋਈ ਨਹੀਂ ਫੜਿਆ ਗਿਆ ਜੇਕਰ ਕੋਈ ਫੜਿਆ ਵੀ ਜਾਂਦਾਗਾ ਤਾਂ ਉਹਦੀਆਂ ਐਫਆਈਆ ਤੁਰੰਤ ਕੈਨਸਲ ਹੋ ਜਾਂਦੀਆਂ ਨੇਗੀਆਂ ਜਿਵੇਂ ਜੀਰਾ ਸਾਹਿਬ ਨੇ ਐਗਜ਼ਾਮਪਲ ਦਿੱਤੀ ਇਸ ਤਰ੍ਹਾਂ ਦੇ ਐਗਜ਼ਾਮਪਲ ਆ ਪੰਜਾਬ ਵਿੱਚ ਨੇਗੀਆਂ ਜਦੋਂ ਕਿ 2000 ਪੇਟੀ ਦੀ ਐਫਆਈਆ ਜਾਂ 20-25 ਕਿਲੋ ਦੀ ਕੋਈ ਭੁੱਕੀ ਦੀ ਐਫਆਈਆ ਜਾਂ 2 ਕਵਾਂਟਲ ਦੀ ਐਫਆਈਆ ਉਹ ਜਿਹੜੇ ਵੱਡੇ ਬੰਦੇ ਨੇਗੇ ਉਹਨਾਂ ਦੇ ਖਿਲਾਫ ਐਫਆਈਆ ਬਿਲਕੁਲ ਰੱਦ ਔਰ ਛੋਟਾ ਜਿਹੜਾ ਵਿਅਕਤੀ ਆ ਕੋਈ ਗਰੀਬ ਵਿਅਕਤੀ ਆ ਉਹਨੂੰ ਫੜਕੇ ਅੰਦਰ ਦਿੱਤਾ ਜਾਂਦਾਗਾ ਤੇ ਨਿਲੰਬਰ ਮੈਂ ਚਾਹਨਾਗਾ ਕਿ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਹੈਗੇ ਨੇ ਉਹ ਕੰਟੀਨਿਊਲੀ ਹਜੇ ਵੀ ਵਿਕ ਰਹੇ ਨੇ 22 ਮਹੀਨੇ ਹੋ ਗਏ ਕੈਪਟਨ ਸਾਹਿਬ ਨੇ ਇਸ ਮਸ ਜਿਹੜੇ ਹਲਕਾ ਅਮਰਗੜ ਤੋਂ ਐਮਐਲਏ ਨੇ ਉਹਨਾਂ ਦੋਸ਼ ਲਾਇਆ ਸੀਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮਿੰਿਸਟਰ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਚ ਕਲਵੀਰ ਸਿੰਘ ਜੀਰਾ ਨੇ ਕਿਹਾਗਾ ਕਿ ਪੰਜਾਬ ਵਿੱਚ ਨਾ ਸੀ ਉਸੇ ਤਰ੍ਹਾਂ ਵਿਕ ਰਹੇ ਨੇ ਇਹ ਇਹ ਨਹੀਂ ਰੁਕ ਸਕਦੇ ਨਕਉ ਉਧਰ ਸੇ ਪੁਨਿਤ ਅਰੋੜਾ ਸਿਟੀ ਹੋਮ ਨਿਊਜ਼